ਜਰਨਾਦਰ ਸਮਝਣੇ ਤੇ ਅਸੀਂ ਸਤਿਗੁਰ ਦੇ ਚਰਨਾਂ ਦੇ ਅੰਦਰ ਇਹ ਬੇਨਤੀ ਕਰਨੀ ਹੈ ਵੀ ਮੇਰੇ ਮਾਲਕ ਜੀ ਸਾਡਾ ਆਪਣਾ ਅੰਦਰ ਕੀ ਹੈ ਇਸ ਦੁਨੀਆ ਦੇ ਅੰਦਰ ਸਾਧ ਸੰਗਤ ਇੱਕ ਗੱਲ ਚੇਤੇ ਰੱਖੀਏ ਸੰਸਾਰ ਦੇ ਅੰਦਰ ਕਿਸੇ ਬੰਦੇ ਦੇ ਪੱਲੇ ਇੱਕ ਵੀ ਗੁਣ ਨਾ ਹੋਵੇ ਉਹ ਬੰਦਾ ਵੀ ਦੁਨੀਆ ਦੇ ਅੰਦਰ ਆਪਣੇ ਆਪ ਨੂੰ ਬਹੁਤ ਵੱਡਾ ਗਿਆਨੀ ਕਰਕੇ ਵਖਾਨਦ ਹੈ ਤੇ ਜੇ ਸਤਿਗੁਰ ਕਹਿੰਦੇ ਨੇ ਤੇਰੇ ਅੰਦਰ ਲੱਖਾਂ ਹੀ ਔਗੁਣ ਨੇ ਅਵਗੁਣਾ ਨੂੰ ਬੰਦਾ ਕਦੇ ਵੀ ਜ਼ਾਹਰ ਨਹੀਂ ਕਰਦਾ ਪਰ ਸੱਚ ਹੈ ਗੁਣ ਇੱਕ ਵੀ ਹੋਵੇ ਤੇ ਉਸ ਗੁਣ ਦਾ बखਿਆਨ ਦੁਨੀਆ ਦੇ ਹਰ ਤਖਤੇ ਤੇ ਕਰਦਾ ਹੈ ਲੱਖਾਂ ਅਵਗੁਣਾ ਨੂੰ ਆਪਣੇ ਜੀਵਨ ਵਿੱਚ ਕਦੀ ਵੇਖਣ ਦਾ ਹਿਆ ਨਹੀਂ ਕਰਦਾ ਸਤਿਗੁਰ ਕਹਿੰਦੇ ਨੇ ਜੇ ਗੁਰੂ ਦੇ ਸਾਹਮਣੇ ਆਇਆ ਤੇ ਆਪਣਾ ਅੰਦਰ ਫੋਲ ਕੇ ਗੁਰੂ ਦੇ ਅੱਗੇ ਰੱਖੀ ਮੇਰੇ ਸਤਿਗੁਰ ਜੀ ਮੇਰੇ ਅੰਦਰ ਇਹਨੇ ਐਬ ਨੇ ਇਹਨੇ ਅਵਗੁਣ ਨੇ ਕਿਰਪਾ ਕਰ ਮੈਨੂੰ ਅਗੁਨਾ ਨਾਲ ਭਰੇ ਹੋਏ ਨੂੰ ਆਪਣੇ ਚਰਨਾਂ ਨਾਲ ਜੋੜ ਲੈ ਆਪਣੀ ਗਲਤੀ ਨੂੰ ਸਵੀਕਾਰ ਕਰਨ ਵਾਲਾ ਹੀ ਜੀਵਨ ਦੇ ਅੱਗੇ ਅੱਗੇ ਵਧਦਾ ਹੈ ਤੇ ਜਿਹੜਾ ਗਲਤੀ ਨੂੰ ਸਵੀਕਾਰ ਨਾ ਕਰੇ ਮਾਫ ਕਰਨਾ ਉਹਨੂੰ ਸਤਿਗੁਰ ਬਾਣੀ ਦੇ ਅੰਦਰ ਬੇਈਮਾਨ ਕਹਿੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨ ਆਓ ਸਤਿਗੁਰਾਂ ਦੇ ਇਨਾਂ ਪਾਵਨ ਬਚਨਾਂ ਦੇ ਅੰਦਰ ਸੱਭ ਨੇ ਜਿਹੜੇ ਬਚਨ ਬਖਸ਼ੇ ਨੇ ਪਾਤਸ਼ਾਹ ਜੀ ਨੇ ਕਿਹਾ ਕਿ ਮੇਰੇ ਮਾਲਕ ਮੈਂ ਅਗੁਨਾ ਨਾਲ ਪਰਿਆ ਹਾਂ ਕਠੋਰ ਹਾਂ ਮੇਰੇ ਅੰਦਰ ਕੋਈ ਗੁਣ ਨਹੀਂ ਸਤਿਗੁਰੂ ਜੀ ਸੁਰਤ ਕਰਕੇ ਮੈਂ ਮੈਲਾ ਹਾਂ ਅਗਿਆਨੀ ਹਾਂ ਮੂਰਖ ਹਾਂ ਸਤਿਗੁਰ ਸੰਸਾਰ ਦੇ ਅੰਦਰ ਦੇ ਪਦਾਰਥਾਂ ਦੇ ਰਸ ਅੰਦਰ ਤੇ ਜੋਬਨ ਦੇ ਮਦ ਅੰਦਰ ਮੈਂ ਤੇਰੇ ਅੰਮ੍ਰਿਤ ਗੁਣਾ ਨੂੰ ਵਿਸਾਰ ਚੁੱਕਾ ਹਾਂ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਲੈ ਵੇਖੋ ਇੱਕ ਪੌਸੀਬਿਲਟੀ ਹੈ ਸਾਧ ਸੰਗਤ ਦੀ ਗੱਲ ਚੇਤੇ ਰੱਖਿਏ ਬਾਣੀ ਪੜਦਿਆਂ ਅਕਸਰ ਆਮ ਬੰਦਾ ਕਹਿੰਦਾ ਵੀ ਸਤਿਗੁਰ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਦੇ ਅੰਦਰ ਐਸੇ ਕਰੜੇ ਬਚਨ ਕਿਉਂ ਵਰਤੇ ਨੇ ਵੀ ਧਰਮ ਜਿਹੜਾ ਹੈ ਉਹ ਬੰਦੇ ਨੂੰ ਸਿੱਖਿਆ ਦੇਣ ਦੇ ਲਈ ਏ ਤੇ ਧਿਆਨ ਦੇਣਾ ਸਿੱਖਿਆ ਦੇ ਅੰਦਰ ਸਿਰਫ ਇੱਕ ਪੱਖ ਨਹੀਂ ਆਂਦਾ ਇਹਨਾਂ ਵੇਖੀਏ ਵੀ ਕਿਸੇ ਨੂੰ ਨਾਲ ਜੋੜਨਾ ਤੇ ਉਹਨੂੰ ਸਿਰਫ ਆਪਾਂ ਪੁਚਕਾਰ ਦੇ ਲਈਏ ਵੀ ਨਹੀਂ ਤੂੰ ਬੜਾ ਚੰਗਾ ਏ ਤੂੰ ਬੜਾ ਪਿਆਰਾ ਏ ਉਹਨੂੰ ਇਹ ਵੀ ਰਿਅਲਾਈਜ਼ ਕਰਾਣਾ ਪਏਗਾ ਵੀ ਭਾਈ ਤੂੰ ਚੰਗਾ ਹੈ ਪਰ ਤੂੰ ਚੰਗਾ ਤਾਂ ਹੈ ਜੇ ਤੇਰੇ ਅੰਦਰ ਦੇ ਅਵਗੁਣ ਤੇਨੂੰ ਸਮਝ ਵਿੱਚ ਆ ਗਏ ਨੇ ਤੇ ਉਹਨਾਂ ਅਵਗਣਾਂ ਨੂੰ ਤੂੰ ਆਪਣੇ ਅੰਦਰੋਂ ਦੂਰ ਕਰਨ ਦਾ ਯਤਨ ਵੀ ਕਰ ਰਿਹਾ ਹੈ ਤੂੰ ਤਾਂ ਭਲਾ ਹੈ ਜੇ ਤੂੰ ਆਪਣੇ ਆਪ ਨੂੰ ਚੇਂਜ ਕਰਦਾ ਹੈ ਜੇ ਤੂੰ ਆਪਣੇ ਆਪ ਨੂੰ ਬਦਲਦਾ ਹੈ ਤੇ ਜੇ ਤੂੰ ਆਪਣੇ ਆਪ ਨੂੰ ਬਦਲਦਾ ਨਹੀਂ ਤੇ ਮੇਰੇ ਸਤਿਗੁਰ ਪਾਤਸ਼ਾਹ ਕਹਿੰਨੇ ਨੇ ਫਿਰ ਭਾਵੇਂ ਤੂੰ ਕਿਤਨੀ ਵਰੀ ਗੁਰਦੁਆਰੇ ਵਿੱਚ ਆਇਆ ਹੋਵੇਂ ਭਾਵੇਂ ਤੂੰ ਕਿਤਨੇ ਸਾਲਾਂ ਤੋਂ ਆ ਰਿਹਾ ਹੋਵੇਂ ਫਾਵੇਂ ਤੂੰ ਕਿੰਨਾ ਵੀ ਗੁਰਬਾਣੀ ਨੂੰ ਪੜਦਾ ਹੀ ਕਿਉਂ ਨਾ ਹੋਵੇ ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜਿਸ ਬੰਦੇ ਦੇ ਅੰਦਰ ਲੱਭ ਹੈ ਲੋਭ ਹੈ ਮੂਰਖ ਹੈ ਉਹ ਬੰਦਾ ਤੇ ਸਤਿਗੁਰ ਜੀ ਨੇ ਉਹਨੂੰ ਬਾਣੀ ਦੇ ਅੰਦਰ ਅਗਿਆਨੀ ਆਖਿਆ ਪਾਤਸ਼ਾਹ ਕਹਿੰਦੇ ਨੇ ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰ ਜਿੰਦੇ ਅੰਦਰ ਲੋਭ ਹੈ ਲੱਭ ਹੈ ਅਹੰਕਾਰ ਹੈ ਸਤਿਗੁਰ ਕਹਿੰਦੇ ਨੇ ਪੜਿਆ ਨਹੀਂ ਅਸਲ ਵਿੱਚ ਮੂਰਖ ਹੈ ਕਿਉਂਕਿ ਉਹਨੇ ਸਿਰਫ ਕਿਤਾਬਾਂ ਦਾ ਭਾਰ ਤੇ ਲੱਦ ਲਿਆ ਪਰ ਸਤਿਗੁਰ ਕਹਿੰਦੇ ਨੇ ਉਹਦੇ ਵਿੱਚੋਂ ਉਹਨੂੰ ਹਾਸਲ ਕੋਈ ਉਹਦੀ ਅਵਸਥਾ ਸਤਿਗੁਰ ਨੇ ਬਾਣੀ ਦੇ ਅੰਦਰ ਇੱਕ ਚੂਹੇ ਦੇ ਨਾਲ ਉਹਦੀ ਤੁਲਨਾ ਕੀਤੀ ਬਾਣੀ ਵਿੱਚ ਸਤਿਗੁਰ ਨੇ ਪਾਤਸ਼ਾਹ ਕਹਿੰਦੇ ਨੇ ਵੇਖੋ ਬਾਣੀ ਵਿੱਚ ਸਮਝਾਉਣ ਦਾ ਪੱਖ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਜੀ ਦਾ ਪਾਵਨ ਬਚਨ ਤੇ ਸਾਹਿਬ ਕਹਿੰਦੇ ਨੇ ਕੋਈ ਚੂਹਾ ਰਾਤ ਨੂੰ ਕਿਸੇ ਲਾਇਬ੍ਰੇਰੀ ਦੇ ਅੰਦਰ ਆ ਗਿਆ ਲਾਇਬ੍ਰੇਰੀ ਦੇ ਅੰਦਰ ਕਿਤਾਬਾਂ ਪੂਰੀਆਂ ਅਲਮਾਰੀਆਂ ਭਰੀਆਂ ਹੋਈਆਂ ਨੇ ਉਸ ਚੂਹੇ ਨੇ ਸਾਰੀ ਰਾਤ ਉਹਨਾਂ ਕਿਤਾਬਾਂ ਨੂੰ ਅਲਮਾਰੀ ਵਿੱਚ ਪਈਆਂ ਕਿਤਾਬਾਂ ਨੂੰ ਟੁਕਿਆ ਸਵੇਰ ਤੱਕ ਉਹਨੇ ਕਈ ਕਿਤਾਬਾਂ ਟੁਕ ਦਿੱਤੀਆਂ ਤੇ ਜਦੋਂ ਲਾਇਬ੍ਰੇਰੀਅਨ ਅੰਦਰ ਆਇਆ ਉਹਦੀ ਰਖਵਾਲੀ ਕਰਨ ਵਾਲਾ ਉਹਨੇ ਦਰਵਾਜ਼ਾ ਖੋਲ੍ਹਿਆ ਕੀ ਵੇਖਦਾ ਹੈ ਕਿ ਅੱਜ ਬਹੁਤ ਵੱਡਾ ਨੁਕਸਾਨ ਜਿਹੜਾ ਚੂਹੇ ਨੇ ਕਰ ਦਿੱਤਾ ਹੈ ਕਈ ਕਿਤਾਬਾਂ ਉਹਨੇ ਟੁਕ ਦਿੱਤੀਆਂ ਕਈ ਕਿਤਾਬਾਂ ਖਰਾਬ ਕਰ ਦਿੱਤੀਆਂ ਪਰ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਸਾਰੀ ਦਾਤ ਚੂਹਾ ਵੀ ਮਿਹਨਤ ਕਰਦਾ ਰਿਹਾ ਹੈ ਪਰ ਸਾਰੀ ਰਾਤ ਉਹਦਾ ਕਿਤਾਬਾਂ ਨੂੰ ਟੁੱਕਣ ਦਾ ਮਤਲਬ ਇਹ ਨਹੀਂ ਵੀ ਉਹ ਕੋਈ ਬਹੁਤ ਵੱਡਾ ਵਿਦਵਾਨ ਬਣ ਗਿਆ ਨਹੀਂ ਉਹਨੇ ਸਿਰਫ ਅਜ਼ਾਈ ਆਪਣੀ એનર્ਜੀ ਨੂੰ ਵੇਸਟ ਕੀਤਾ ਹੈ ਉਹਦੀ એનર્ਜੀ ਅਜ਼ਾਈ ਗਈ ਹੈ ਉਹਦੀ એનર્ਜੀ ਦਾ ਨਾ ਉਹਨੂੰ ਲਾਭ ਹੋਇਆ ਹੈ ਨਾ ਕਿਸੇ ਦੂਜੇ ਨੂੰ ਲਾਭ ਹੋਇਆ ਹੈ ਸਤਗੁਰ ਕਹਿੰਦੇ ਨੇ ਕਰਮ ਕਰ ਪਰ ਤੇਰੇ ਕੀਤੇ ਕਰਮ ਦਾ ਲਾਭ ਤੈਨੂੰ ਵੀ ਹੋਵੇ ਤੇ ਤੇਰੇ ਕੀਤੇ ਕਰਮ ਦਾ ਲਾਭ ਸਮਾਜ ਨੂੰ ਵੀ ਹੋਵੇ ਤਾਂ ਫਾਇਦਾ ਹੈ ਤੇ ਜੇ ਸਤਿਗੁਰੂ ਜੀ ਨਹੀਂ ਤੇ ਪਾਤਸ਼ਾਹ ਕਹਿੰਦੇ ਨੇ ਇਸੇ ਕਰਕੇ ਵੀ ਉਹ ਤੇ ਮੂਰਖ ਹੈ ਇਸੇ ਕਰਕੇ ਪਾਤਸ਼ਾਹ ਜੀ ਨੇ ਅੱਜ ਜਿਹੜੇ ਬਚਨ ਕਹੇ ਨੇ ਤੁਨ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਸਤਿਗੁਰ ਕਾਚੀ ਦੇ ਆ ਜਿਹੜੀ ਦੇਹ ਹੈ ਪਾਤਸ਼ਾਹ ਕਹਿੰਦੇ ਨੇ ਕੱਚੀ ਹੈ ਕੱਚੀ ਦਾ ਮਤਲਬ ਹੈ ਸਾਧ ਸੰਗਤ ਜੀ ਬਿਨ ਸੰਹਾਰ ਇਸ ਦੇਹ ਨੇ ਫਨਾ ਹੋ ਜਾਣਾ ਹੈ ਇਹਨੇ ਬਿਨਸ ਜਾਣਾ ਹੈ ਇਹਦਾ ਵਿਸਾ ਨਹੀਂ ਕੀਤਾ ਜਾ ਸਕਦਾ ਵੇਖੋ ਸ਼ਰੀਰ ਦਾ ਵਿਸਾ ਕੀ ਕਰਾਂਗੇ ਅਸੀਂ ਕਈ ਵਾਰੀ ਸਾਡੇ ਸਾਹਮਣੇ ਅਚਨਚੇਤ ਐਸੀਆਂ ਘਟਨਾਵਾਂ ਵਾਪਰਦੀਆਂ ਨੇ ਇੱਕ ਖਿੰਨ ਵੀ ਨਹੀਂ ਲੱਗਦਾ ਸਾਥ ਸੰਗਤ ਅੱਖ ਚਮਕਣ ਦੇ ਸਮੇਂ ਦੀ ਦੇਰ ਹੁੰਦੀ ਏ ਜਿਹੜਾ ਬੰਦਾ ਅੱਖ ਚਮਕਣ ਦੇ ਸਮੇਂ ਤੋਂ ਪਹਿਲਾਂ ਸਾਡੇ ਸਾਹਮਣੇ ਨੋਬਰ ਨੋ ਖੜਾ ਸੀ ਅੱਖ ਚਮਕਣ ਦੇ ਸਮੇਂ ਤੋਂ ਬਾਅਦ ਉਹ ਹੁੰਦਾ ਹੀ ਨਹੀਂ ਬੜਾ ਕੁਝ ਐਸਾ ਸਮਾਜ ਵਿੱਚ ਵਾਪਰਦਾ ਏ ਇਸੇ ਕਰਕੇ ਸਤਿਗੁਰ ਕਹਿੰਦੇ ਨੇ ਦੇਹ ਕੱਚੀ ਹੈ ਇਹਦਾ ਵਿਸਾਰ ਨਹੀਂ ਕੀਤਾ ਜਾ ਸਕਦਾ ਇਹਦੇ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਇੱਕ ਗੱਲ ਵੱਖਰੀ ਹੈ ਕਿ ਬੰਦਾ ਭਰੋਸਾ ਕਰਕੇ ਬੈਠਾ ਹੈ ਧਿਆਨ ਦੇਣਾ ਇਹ ਇਨਾਂ ਨੂੰ ਭਰੋਸਾ ਕਰਕੇ ਬੈਠਾ ਹੈ ਵੀ ਅੱਜ ਤੋਂ 5 ਸਾਲ ਬਾਅਦ ਕੀ ਕਰਨਾ ਹੈ ਅੱਜ ਤੋਂ 10 ਸਾਲ ਬਾਅਦ ਕੀ ਕਰਨਾ ਹੈ ਜਾਂ ਅੱਜ ਤੋਂ 50 ਸਾਲ ਬਾਅਦ ਮੈਂ ਕੀ ਕਰਨਾ ਹੈ ਪਰ ਸਤਿਗੁਰ ਕਹਿੰਦੇ ਨੇ